ਅੰਮ੍ਰਿਤਸਰ ਸਿਰਫ ਗੁਰੂ ਦੀ ਨਗਰੀ ਨਹੀਂ ਅਤੇ ਇਹ ਜਿਹੜਾ ਚੁਣਾਵ ਹੈਗਾ ਇਹ ਸਿਰਫ ਇੱਕ ਲੋਕ ਸਭਾ ਸੀਟ ਵਾਸਤੇ ਚੁਣਾਵ ਨਹੀਂ ਹੈਗਾ। ਮੈਂ ਤੁਹਾਡੇ ਸਾਹਮਣੇ ਅਗਲੇ 3-4 ਦਿਨਾਂ ਵਿੱਚ ਇੱਕ ਵਿਜ਼ਨ ਸਟੇਟਮੈਂਟ ਜੋ ਤਿਆਰ ਹੋ ਰਹੀ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਹਿਸਟੋਰੀਕਲੀ ਅੰਮ੍ਰਿਤਸਰ ਇੱਕ ਬਹੁਤ ਮਸ਼ਹੂਰ ਕਮਰਸ਼ੀਅਲ ਸੈਂਟਰ ਰਿਹਾ ਹੈ ਸਿਲਕ ਰੂਟ 'ਤੇ। ਅੰਮ੍ਰਿਤਸਰ ਇੰਡਸਟਰੀਅਲ ਸੈਂਟਰ ਸੀਗਾ। ਅੰਮ੍ਰਿਤਸਰ ਇੱਕ ਬਾਰਡਰ ਸਟੇਟ 'ਚ ਬੜਾ ਇੱਕ ਇੰਪੋਰਟੈਂਟ ਸਥਾਨ ਇਹਦਾ ਰਿਹਾ ਹੈ ਅਤੇ ਹੁਣ ਵੀ ਹੈ। ਸਰ ਅੰਮ੍ਰਿਤਸਰ ਦੀ ਜਿਹੜੀ ਸ਼ਾਨ ਹੈ ਮੈਂ ਸਮਝਣਾ ਸਿਰਫ ਹਿੰਦੁਸਤਾਨ ਭਾਰਤ ਵਿੱਚ ਹੀ ਨਹੀਂ ਬਟ ਸਾਡੀ ਜਿਹੜੀ ਸਿੱਖ ਕਮਿਊਨਿਟੀ ਸੈਟਲਡ ਹੈ ਬਾਹਰ ਯੂਨਾਈਟਿਡ ਕਿੰਗਡਮ, ਕੈਨੇਡਾ, ਯੂਨਾਈਟਿਡ ਸਟੇਟਸ ਵਿੱਚ ਉਹਨਾਂ ਦਾ ਬੜੀ ਇੱਕ ਇਮੋਸ਼ਨਲ ਅਟੈਚਮੈਂਟ ਹੈ ਗੁਰੂ ਦੀ ਨਗਰੀ ਨਾਲ। ਮੈਂ ਵਿਜ਼ਨ ਆਪਣੀ ਜੋ ਵਿਜ਼ਨ ਡਾਕੂਮੈਂਟ ਅਸੀਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ, 3-4 ਬਰੋਡ ਏਰੀਆਜ਼ ਹੈਗੇ ਜੋ ਮੇਰੇ ਦਿਮਾਗ 'ਚ ਹੈਗੇ। ਇੱਕ ਤਾਂ ਯੂਥ ਰਿਲੇਟਿਡ ਐਜੂਕੇਸ਼ਨ, ਸਕਿੱਲਸ, ਇੰਪਲੋਇਮੈਂਟ। ਮੈਂ ਸਮਝਦਾ ਇਹ ਤਿੰਨੋਂ ਇੰਟਰ ਰਿਲੇਟਿਡ ਨੇ ਐਂਡ ਦੇ ਆਰ ਆਲ ਐਸਪੈਕਟਸ ਆਫ ਦ ਸੇਮ ਇਸ਼ੂ। ਅਗਰ ਚਾਹੋ ਤੇ ਆਈ ਕੈਨ ਬੀ ਯੋਰ ਵੋਇਸ ਇਨ ਦੀ ਸੈਂਟਰਲ ਕਾਉਂਸਲ ਆਫ ਮਿਨਿਸਟਰਸ। ਉਹ ਜਿਹੜਾ ਇਨਸਾਈਡਰ ਆਊਟਸਾਈਡਰ ਦਾ ਟੈਗ ਹੈ ਕੁਛ ਤੁਹਾਡੇ 'ਚ, ਮੇਰੇ ਦੋਸਤ ਯਾਰ ਪੁਰਾਣੇ ਮੈਨੂੰ ਪੁੱਛਦੇ ਰਹਿੰਦੇ ਨੇ ਤੁਸੀਂ ਉਹ ਕਹਿੰਦੇ ਤੁਸੀਂ ਆਊਟਸਾਈਡਰ ਹੋ, ਤਾਂ ਮੈਨੂੰ ਮੇਰਾ ਦਿਲ ਕਰਦਾ ਉਹਨਾਂ ਨੂੰ ਪੁੱਛਣ ਦਾ ਕਿ ਮੈਂ ਸ਼ਕਲੋਂ ਬਾਹਰ ਆਊਟਸਾਈਡਰ ਲੱਗਣਾ ਕਿ ਮੈਂ ਕਿਉਂ ਆਊਟਸਾਈਡਰ ਹਾਂ। ਮੈਂ ਕਮ ਸੇ ਕਮ ਨਹੀਂ 30% ਆਫ ਦ ਰਿਮੇਨਿੰਗ ਪੀਰੀਅਡ ਆਈ ਵਿਲ ਆਪਰੇਟ ਆਊਟ ਆਫ ਅੰਮ੍ਰਿਤਸਰ। ਮਿਨੀਮਮ 30% ਆਈ ਵਿਲ ਅਕਵਾਇਰ ਅ ਹੋਮ ਹੇਅਰ, ਆਈ ਵਿਲ ਹੈਵ ਅ ਟੀਮ ਵਰਕਿੰਗ ਹੇਅਰ।